ਏ ਆਕਾਸ਼ ਵਾਣੀ ਜੰਮੂ ਹੈ ਸਨਿਆ ਖਬਰਾਂ ਚਿਤੁੰਦਾ ਸਵਾਗਤ ਖਾਸ ਖਬਰਾਂ ਕਰਨੇ ਮੈਨਰੇਸ਼ਰਮਾ ਲੋਕ ਸਭਾ ਦੇ ਆਉਂਦੇ ਚੋਣਾਂ ਲਈ ਰਿਆਸੀ ਚ ਜੋਨਲ ਤੇ ਸੈਕਟਰਲ ਮੈਜਿਸਟ੍ਰੇਟਿੰਗ ਇਤੇ ਇੱਕ ਦਿਨ ਦੇ ਸਿਖਲਾਈ ਪ੍ਰੋਗਰਾਮ ਦਾ ਸਿਰਸਤਾ ਕੀਤਾ ਗਿਆ ಮತਦਾਤਾਇਨ ਕੀ ਜਾਗਰੂਕ ਕਰਨੇ ਲਈ ਜੰਮੂ ਚ ਦਿਵਿਆਂਗ ਕੱਢੀ ਇੱਕ ਰੈਲੀ ਸਰਕਾਰ ਨੇ ਸਭਨੇ ਅਧਿਕਾਰੀਆਂ ਤੇ ਸਰਕਾਰੀ ਕੰਮੇ ਲਈ ਡਿਜੀਟਲ ਦਸਤਕਤ ਸਰਟੀਫਿਕੇਟ ਸ੍ਰਸਤੇ ਦੀ ਵਰਤੋਂ ਕੀ ਲਾਜ਼ਮੀ ਕਰ ਦਿੱਤਾ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰੇ ਆਖਿਆ ਹੈ ਜੇ ਆਸIAN ਮੁਲਕੇ ਦੀ ਮਜ਼ਬੂਤ ਤੇ ਇਕੀਕਰਿਤ ਐਸੋਸੀਏਸ਼ਨ ਇਨ ਦਾ ਪ੍ਰਸ਼ਾਂਤ ਖੇਤਰ ਦੀ ਇਲਾਕਾਈ ਬਨਾਵਟ ਚ ਰਚਨਾਤਮਕ ਭੂਮਿਕਾ ਨਿਭਾਈ ਸਕਦੀ ਹੈ ਤੇਰਜੋਰੀ ਜ਼ਿਲ੍ਹੇ ਚ ਆਤੰਗਵਾਦੀਆਂ ਸਿਆ ਗੋਲੀਆਂ ਚਲਾਈ ਦੇਣੇ ਕੰਨੇ ਇੱਕ ਫੌਜੀ ਦੇ ਭਰਾ ਦੀ ਮੌਤ ਹੋਈ ਗਈ ਹੈ ਖਬਰਾਂ ਦੀ ਤਫਸੀਲ ਕਰਨੇ ਨਿਰਮਲ ਵਿਕਰਮ ਅੰਦੇ ਲੋਕ ਸਭਾ ਚੁਣਾਈਆਂ ਲਈ ਇਹ ਡੀਸੀ ਦਫਤਰ ਰਿਆਸੀਚ ਅੱਜ ਜ਼ੋਰ ਨਾਲ ਤੇ ਸੈਕਟੋਰਲ ਮੈਜਿਸਟ੍ਰੇਟਸ ਆਸਤਾ ਇੱਕ ਰੋਜ਼ਾ ਸਖਲਾਈ ਸਹਤਰ ਦਾ ਰਿਸ਼ਤਾ ਕੀਤਾ ਗਿਆ ਇਸ ਸਖਲਾਈ ਦਾ ਮਕਸਦ ਇਹ ਨੇ ਅਧਿਕਾਰੀਆਂ ਕੀ ਚੋਣ ਪ੍ਰਕਿਰਿਆ ਦੌਰਾਨ ਆਪਣੀ ਡਿਊਟੀ ਲਈ ਲੋੜਛ ਦੇ ਗਿਆਨ ਤੇ ਕੌਸ਼ਲ ਦਾ ਇਸਤੇਮਾਲ ਕਰਨੇ ਯੋਗ ਬਣਾਣਾ ਹੈ ਸਕਲਾਈ ਦੌਰਾਨ ریاਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਵਿਸ਼ੇਸ਼ ਮਾਜਨੋ ਰੇਟਰੋ ਅਸੈਂਬਲੀ ਅਲਕੇ ਆਸਤਾ ਬੰਡ ਆਲੇ ਕੇਂਦਰ ਬਣਾਨੇ મતદાન ਕੇਂਦਰਾਂ ਤੇ ਇਨੇ ਕੇਂਦਰਿ ਵਸ਼ਕਾਰ ਦੂਰੀ ਤੈਅ ਕਰਨੇ ਤੇ મતદાન ਕੇਂਦਰਾਂ ਪਰ ਇੰਤਜ਼ਾਮੇ ਗਿ ਲਈ ਹੈ ਕਈ ਮੁੱਦੇ ਉਪਰ ਚਰਚਾ ਕੀਤੀ ਇਹਦੇ ਲਾਵਾ ਕਈ ਹੋਰ ਵਿਸ਼ੇ ਉਪਰ ਵੀ ਗੱਲਬਾਤ ਹੋਈ ਜਿੰਦੇ ਚ ਚੋਣ ਸਰਬੰਧੀ ਕਾਨੂੰਨ ਪ੍ਰਕਿਰਿਆ ਤੇ ਚੁਣਾਈ ਦੌਰਾਨ ਨਿਯਮ ਕਾਇਦੇ ਵਗੈਰਾ ਸ਼ਾਮਲ ਹੈ इन्हें अधिकारियों की उनकी भूमिका से गया मौके पर विशेष महाजन उन्होंने आख्या जो सबसे इम्पोर्टेंट बात है कि वो मॉनिटर करें कि फ्लॉलेस और इशूलेस पोलिंग 26 अप्रैल को हो पोलिंग पार्टी ठीक तरीके से अपने स्टेशन पे पहुंचे और वापस आ जाए मौसम खराब अगर हो जाता है तो उसके लिए भी हमारी सारी तैयारियां अपनी जगह पे है गाड़ियों को चलने में कोई असुविधा ना हो उसके लिए भी सारे के सारे इंस्ट्रक्शन दी गई है ਆਉਣ ਦੇ ਲੋਕ ਸਭਾ ਚੋਣਾਂ ਦੀ ਤਿਆਰੀਆਂ ਲਈ ਹੈ ਸਮਾਜਿਕ ਭਲਾਈ ਵਿਧਿਤੀ ਵਾਲੇ ਵਿਭਾਗ ਨੇ ਜ਼ਿਲ੍ਹਾ ਪ੍ਰਸ਼ਾਸਨ ਕਨਰਲੀਆ ਜੰਮੂ 'ਚ ਇੱਕ ਪ੍ਰੇਰਣਾ ਦੇਣ ਵਾਲੀ ਰੈਲੀ ਦਾ ਸਿਰਜਤਾ ਕੀਤਾ ਜੰਮੂ ਦੇ ਜ਼ਿਲ੍ਹਾ ਚੋਣ ਅਧਿਕਾਰੀ ਸਚਿਨ ਕੁਮਾਰ ਵੈਸ਼ੇ ਦੀ ਅਗਵਾਈ 'ਚ ਇਸ ਪ੍ਰੋਗਰਾਮ ਦੌਰਾਨ ਚੋਣਾਂ ਗੇ ਸਮਾਵੇਸ਼ੀ ਬਣਾਉਣੇ ਤੇ ਮਤਦਾਤਾਾਂ ਗੀ ਜਾਗਰੂਕ ਕਰਨੇ 'ਤੇ ਜ਼ੋਰ ਦਿੱਤਾ ਗਿਆ ਦਿਵਿਆਂਗ ਜਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਤੇ ਲੋਕਵਾਦੀ ਪ੍ਰਕਿਰਿਆ 'ਚ ਇਸਾ ਲੈਣੇ ਦੀ ਵਕਾਲਤ ਕੀਤੀ संवाददाता होई एक दिव्यांग मतदाता ने आख्या छब्बीस तारीख को इलेक्शन पोलिंग हो रही है उसके सिलसिले में रैली निकाल रहे हैं जिसको हमें सोशल वेलफेयर डिपार्टमेंट इलेक्शन कमिश्नर के गाइडलाइन के मुताबिक हमें बेनिफिट्स जो है उसके ऊपर अवेयरनेस किया गया था ਸਰਕਾਰ ਨੇ ਸਭ ਨੇ ਅਧਿਕਾਰੀਆਂ ਤੇ ਦਫ਼ਤਰੀ ਕੰਮੇ ਲਈ ਡਿਜੀਟਲ ਦਸਤਖਤ ਪ੍ਰਮਾਣ ਪੱਤਰ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ ਸੁਧਾਰ ਤੇ ਲੋਕ ਸ਼ਿਕਾਇਤ ਅਮਲੇ ਸਰਬੰਧੀ ਮੰਤਰਾਲੇ ਤੇ ਪੈਨਸ਼ਨ ਸਰਬੰਧੀ ਮੰਤਰਾਲੇ ਨੇ ਈ ਦਫ਼ਤਰ ਸਰਿਸਤਾ ਲਾਗੂ ਕਰਨੇ ਬਾਰੇ ਜਾਇਜ਼ਾ ਮੀਟਿੰਗ ਦੌਰਾਨ ਇਸੇ ਲਾਜ਼ਮੀ ਕਰਨੇ ਦੇ ਨਿਰਦੇਸ਼ ਦਿੱਤੇ ਮੰਤਰਾਲੇ ਨੇ ਈ ਦਫ਼ਤਰ ਸਰਿਸਤੇ ਚ ਫਾਈਲਿੰਗ ਕੀ ਭੇਜਨੇ ਕੋਲਾ ਪਹਿਲਾ ਈ ਫਾਈਲੇ ਉੱਪਰ ਇਲੈਕਟ੍ਰੋਨਿਕ ਟੰਗਾ ਕਰਨ ਦਾ ਦਸਤਖਤ ਕਰਨ ਲਈ ਸਭਨੇ ਅਧਿਕਾਰੀਆਂ ਕੀ ਡਿਜੀਟਲ ਦਸਤਖਤ ਪ੍ਰਮਾਣ ਪੱਤਰ ਡੀ ਐਸ ਸੀਸ ਜਾਂ ਆਧਾਰ ਅਧਾਰਿਤ ਈ ਦਸਤਖਤ ਸਰਿਸਤੇ ਜਾਂ ਈ ਹਸਤਾਖਰ ਸਰਿਸਤੇ ਦੀ ਵਰਤੋਂ ਕਰਨਾ ਲਾਜ਼ਮੀ ਕਰ ਦਿੱਤਾ ਹੈ ਕੰਮ ਕਾਜ ਸਰਬੰਦੀ ਡਿਜੀਟਲ ਮਾਹੌਲ ਗੀ ਅਪਣਾਣੇ ਦੇ ਮਕਸਦ ਬਹੁਤਿਕ ਤੌਰ ਉਪਰ ਦਸਤਾਵੇਜ਼ਾਂ ਪਰ ਨਿਰਭਰਤਾ ਦੀ ਘਟ ਕਰਨੇ ਸਾਈਬਰ ਸੁਰੱਖਿਆ ਦੀ ਯਕੀਨੀ ਬਣਾਣੇ ਤੇ ਸਰਕਾਰੀ ਫਾਈਲਾਂ ਤੋੜੀ ਗੈਰ ਕਾਨੂੰਨੀ ਪੁੱਜਤ ਦੀ ਰੋਕਣੇ ਲਈ ਇਆਂ ਕੀਤਾ ਜਾ ਕਰਦਾ ਹੈ ਸਭ ਨੇ ਪ੍ਰਸ਼ਾਸਨਿਕ ਮਹਿਕਮੇ ਮਹਿਕਮੇ ਦੇ ਪ੍ਰਮੁੱਖੇ ਡਿਪਟੀ ਕਮਿਸ਼ਨਰ ਹੈ ਬਖ ਬਖ ਸਰਜਨਿਕ ਉਪਕਰਮੇ ਦੇ ਪ੍ਰਬੰਧ ਨਿਦੇਸ਼ਕੇ ਬੋਰਡੇ ਦੇ ਸੰਸਥਾਨ ਨੇ 1 ਜੂਨ 2024 ਸਮਾਂ ਤਤਕਾਲ ਪ੍ਰਭਾਵ ਕਰਨੈ ਡਿਜੀਟਲ ਦਸਤਖਤ ਪ੍ਰਮਾਣ ਪੱਤਰ ਸ੍ਰਿਸ਼ਤੇ ਆਧਾਰ ਅਧਾਰਿਤ ਈ ਦਸਤਖਤ ਜਾਂ ਈ ਹਸਤਾਖਰ ਸ੍ਰਿਸ਼ਤੇ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗੇਨ ਸਰਦੀ ਜ਼ਿਲੇ ਸੰਭਾਦੇ ಮತਦਾਤਾਾਂਗੀ on the ਲੋਕ ਸਭਾ ਚੋਣਾਂ ਲਈ ਜਾਗਰੂਕ ਕਰਨ ਤੇ ਬਦੀ ਚੜੀਏ ਸਲੈ ਨੇ ਆਸਤਾ ਹੈ ਸੰਭਾਦੇ ਯੁਵਾ ਸੇਵਾ ਤੇ ਖੇਡ ਵਿਭਾਗ ਨੇ ਸਵੀਪ ਤਹਿਤ ਸਾਂਝਾ ਪ੍ਰਯਾਸ ਕਰਦੇ ਹੋਏ ਲੋਕੀ ਮੈਰਾਥਨ ਦੌੜ ਦਾ ਸ੍ਰਿਸਤਾ ਕੀਤਾ ਪੰਗਦੋਰ ਥਾ ਮਾ ਸ਼ੁਰੂ ਹੋਈ ਦੀ ਤੇ ਕੋਲਪੁਰਚ ਜਾਈ ਹੈ ਸੰਪਨ ਹੋਈ ਦੀ ਇਸ ਦੌੜ ਦਾ ਵਿੱਚ ਸਾਰਾ ਹਰ ਕਦਮ ਦਾ ਤੇ ਹਰ ਵੋਟ ਦਾ ਮਤਵ ਹੈ ਸੰਭਾਦੇ ਜ਼ਿਲ੍ਹਾ ਚੁਣਾ ਅਧਿਕਾਰੀ ਅਭਿਸ਼ੇਕ ਸ਼ਰਮਾ ਰੇ ਸੰਵਾਦੀ ਐਸਐਸਪੀ ਵਿਨੇ ਕੁਮਾਰ ਹੁੰਦੇ ਕਨੈ ਇਸ ਦੌੜ ਦੀ ਚੰਡੀ ਦਸਿਆ ਰਵਾਨਾ ਕੀਤਾ ਇਸ ਮਿਨੀ ਮੈਰਾਥਨ ਚ ਜ਼ਿਲ੍ਹਾ ਅਧਿਕਾਰੀ ਪੁਲਿਸ ਅਫਸਰ ਵਿਦਿਆਰਥੀ ਤੇ ਵੱਖ-ਵੱਖ ਵਰਗ ਦੇ ਲੋਕ ਸ਼ਾਮloਏ ਦੌੜ ਦੇ ਖੇਰੇ ਚ ਸਰੀਰਿਕ ਵਿਆयाम ਕੀਤੇਗੇ ਤੇ ਜੇਤੂਏਗੀ ਯੁਵਾ ਸੇਵਾ ਤੇ ਖੇਡ ਵਿਭਾਗ ਆਸਿਆ ਇਨਾਮ ਵੀ ਦਿੱਤੇਗੇ ਆਕਾਸ਼ਵਾਨੀ ਸਮਾਚਾਰ ਕਰਨ ਗੱਲ ਕਰਦੀ ਹੋਈ ਅਭਿਸ਼ੇਕ ਸ਼ਰਮਾ ਨੇ ਆਖਿਆ जिला सांबा में 26 अप्रैल 2024 को लोकसभा चुनाव है और सीमावर्ती गांव में आज इसी के लिए वोटर अवेयरनेस के लिए एक कैंपेन जो है उसमें मैराथन का इवेंट जो है हमने ऑर्गेनाइज किया जिसमें सीमावर्ती गांव पंगदौर से लेके कोलपुर तक का एक रन इवेंट जो था वो उसमें हम सभी ने हिस्सा लिया और यहाँ के युवाओं ने स्कूल के बच्चों ने और आसपास के ग्रामवासियों ने भी इसमें हिस्सा लिया जो हमारा टारगेट है जिला निर्वाचन आयोग का हमारा यही कोशिश है कि ज़्यादा से ज़्यादा टर्नआउट ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਹੋਰੇ ਅੱਜ ਆਖਿਆ ਜੇ ਭਾਰਤ ਕੀ ਵਿਸ਼ਵਾਸ ਹੈ ਜੇ ਦੱਖਣ ਪੂਰਵ ਏਸ਼ੀਆਈ ਦੇਸ਼ਾਂ ਦਾ ਸੰਗਠਨ ਆਸੀਆਨ ਉੱਭਰਦੇ ਹਿੰਦ ਪ੍ਰਸ਼ਾਂਤ ਖੇਤਰ ਚ ਰਚਨਾਤਮਕ ਤੇ ਮਜ਼ਬੂਤ ਭੂਮਿਕਾ ਨਿਭਾਈ ਸਕਦਾ ਹੈ ਵਰਚੁਅਲ ਮਾਧਿਅਮ ਰਾਏ ਪਹਿਲੇ ਆਸੀਆਨ ਫਿਊਚਰ ਫੋਰਮ ਚ ਬੋਲਦੀ ਹੋਈ ਡਾਕਟਰ ਜੈ ਸ਼ੰਕਰ ਹੋਰੇ ਆਖਿਆ ਜੇ ਭਾਰਤ ਦੇ ਇੰਡੋ ਪੈਸੀਫਿਕ ਓਸ਼ਨਸ ਇਨੀਸ਼ੀਏਟਿਵ ਤੇ ਆਸIAN ਹਿੰਦ ਪ੍ਰਸ਼ਾਂਤ ਉਪਰ ਨਜ਼ਰੀਆ ਮਜ਼ਬੂਤ ਸਹਿਯੋਗ ਵਾਲੀ ਬਕੀ ਸਾਰਤ ਕਰਾਂਦਾ ਜਿਹਦੇ ਚ ਚੁਣੌਤੀਆਂ ਕੰਨ ਹੈ ਵਿਆਪਕ ਸੁਰੱਖਿਆ ਦੇ ਆਧਾਰ ਉਪਰ ਨਿਭੜਨਾ ਸ਼ਾਮਿਲ ਹੈ ਉਹਨੇ ਅੱਗੇ ਆਖਿਆ ਜੇ ਆਸIAN ਭਾਰਤ ਦੀ ਐਕਟ ਈਸਟ ਨੀਤੀ ਦੇ ਕੇਂਦਰ ਚ ਹੈ ਤੇ ਭਾਰਤ ਦੇ ਹਿੰਦ ਪ੍ਰਸ਼ਾਂਤ ਮਿਸ਼ਨ ਦਾ ਮਤਵ ਵਾਲਾ ਹਿੱਸਾ ਹੈ ਜੰਮੂ ਚ ਬਝਾਲਤਾ ਥਾਰ ਜੰਮੂ ਦੇ ਜ਼ਿਲ੍ਹਾ ਚੁਨਾਵ ਅਧਿਕਾਰੀਆ ਸਿਆਸਪ ਤੈਤ ਪਹਾੜੀਆਂ ਚੱਲਣ ਵਾਲੇ ਟਰੈਕਰਸ ਮਹਿਲਾਇ ਤੇ ਗ੍ਰਾਮੀਣਿਆਸਿਆ ਡੈਮੋਕ੍ਰੇਸੀ ਟਰੈਕ ਦਾ ਸਿਰਿਸ਼ਤਾ ਕੀਤਾ ਗਿਆ 5 ਕਿਲੋਮੀਟਰ ਲੰਮੀ ਇਹ ਚੜਾਈ ਐਥਮ ਵਿਊ ਪੁਆਇੰਟ ਤੋਂ ਸ਼ੁਰੂ ਹੋਈ ਇਸ ਦੌਰਾਨ ਮੁਕਾਮੀ ਲੋਕਾਂ ਕੀ ਲੋਕਤੰਤਰ ਕੀ ਮਜ਼ਬੂਤ ਕਰਨੇ ਅਸਤੇ 26 ਤਰੀਕ ਆਪਣਾ ਵੋਟ ਪਾਣ ਲਈ ਆਉਣੇ ਆਸਤੇ ਜਾਗਰੂਕ ਕੀਤਾ ਗਿਆ ਭਾਰਤ ਚ ಮತਦਾਤਾਇੰਗੀ ਚੁਣਾਈ ਚ ਸਾਲਾਂ ਲਈ ਸਿੱਖਿਸ਼ਿਤ ਕਰਨੇ ਆਸਤੇ ਚੁਨਾਉ ਅਯੋਗ ਅਸਿਆ ਸਵੀਪ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਨਗਰੋਟਾ ਤੇ ਚੌਕੀ ਚੋਰਾ ਦੇ ਬਲਾਕ ਵਿਕਾਸ ਅਧਿਕਾਰੀ ਹੋਣੇ ਜਮੂਰੀਆ ਸੀ ਸੰਸਦੀ ਹਲਕੇ ਦੇ ಮತਦਾਤਾਇੰਗੀ ਲੋਕਤੰਤਰ ਆਸਤੇ ਮਤਦਾਨਚੀ ਸਾਲ ਲੈਣ ਲਈ ਪ੍ਰੇਰਿਤ ਕਰਨੇ ਆਸਤੇ ਬੜੀ ਸਰਗਰਮੀ ਕਰਨ ਡੈਮੋਕ੍ਰੇਸੀ ਟਰੈਕ ਚ ਇਸਾ ਲਤਾ ਇਹ ਖਬਰਾਂ ਤੋਂ ਆਕਾਸ਼ਵਾਨੀ ਜੰਮੂ ਤੋਂ ਮ ਸੁਣ ਰਹੇ ਹੋ ਬਾਕੀ ਦੀ ਖਬਰ ਹੈ ਕਰਨ ਨਰੇਸ਼ ਸ਼ਰਮਾ ਰਾਜੋਰੀ ਜ਼ਿਲ੍ਹੇ ਦੇ ਸ਼ਾਦਰਾ ਸ਼ਰੀਫ ਇਲਾਕੇ 'ਚ ਜੰਦੀ ਰਾਤੀ 29 ਅਤੰਗਵਾਦੀਆਂ ਸਿਆ ਟੈਰੀਟੋਰੀਅਲ ਆਰਮੀ ਦੇ ਜਵਾਨ ਦੇ ਭਰਾ ਦੀ ਲਕਸ਼ਿਤ ਕਰਿਆ ਅਤਿਆ ਕਰ ਦਿੱਤੀ ਗਈ ਜੰਮੂ ਆਕਾਸ਼ਵਾਨੀ ਦੇ ਸੰਪਾਦਕਾਂ ਨੇ ਖਬਰ ਦਿੱਤੀ ਹੈ ਜਿਬ ਬੰਦੂਕਧਾਰੀਆਂ ਟੈਰੀਟੋਰੀਅਲ ਆਰਮੀ ਦੇ ਜਵਾਨ ਉੱਪਰ ਉਹਦੇ ਕੰਡਾਗ੍ਰਾਜ ਕਰ ਜਈਏ ਗੋਲੀਆਂ ਚਲਾਈਆਂ ਜਿੰਦੀ ਜਦ ਚ ਉਹਦਾ ਭਰਾ ਆਇਆ ਜਿਹਦਾ ਗੰਭੀਰ ਤੌਰ ਐ ਉਪਰ ਜ਼ਖਮੀ ਹੋ ਗਿਆ ਹਸਪਤਾਲ ਪੁਜਨੇ ਉਪਰ ਉਸੇ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮਾਰਿਆ ਗਿਆ ਦਾ ਸ਼ਖਸ ਸਮਾਜ ਕਲਿਆਣ ਵਿਭਾਗ ਚ ਕੰਮ ਕਰਦਾ ਹ ਤੋਈ ਪੁਲਿਸ ਤੇ ਸੇਨਾ ਦੀ ਸਾਂਝੀ ਟੀਮ ਨੇ ਕੇਰਾਬੰਦੀ ਕਰੀਏ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਹੈ ਸੀ ਨਾਰਥਨ ਕਮਾਂਡ ਦੇ ਜੀਓਸੀ ਲੈਫਟੇਨੈਂਟ ਜਨਰਲ ਐਮ ਵੀ ਸੁਚੇਂਦਰ ਕੁਮਾਰ ਹੋਰੇ ਅੱਜ ਜੰਮੂ ਕਸ਼ਮੀਰ ਦੇ ਪਦਰਵਾਚ ਫੌਜ ਦੇ ਕੌਪਸ ਬੈਟਲ ਸਕੂਲ 'ਚ ਅਤੰਗਵਾਦ ਕੰਨਾਂ ਨਿਭੜਨੇ ਸੰਬੰਧੀ ਸਿਖਲਾਈ ਪ੍ਰੋਗਰਾਮ ਦਾ ਜਾਇਜ਼ਾ ਲੇਤਾ 1114 ਪੀਐਸਆਈ ਜਿੰਦੇ 'ਚ 146 ਮਹਿਲਾਾਂ ਵੀ ਸ਼ਾਮਿਲ ਨੇ ਉਹਨੇ ਕਿ ਜੰਮੂ ਕਸ਼ਮੀਰ 'ਚ ਉਭਰਾ ਕਰਦੀਆਂ ਸੁਰੱਖਿਆ ਚੁਣੌਤੀਆਂ ਮੌਜੂਦਾ ਤਿਆਰੀਆਂ ਤੇ ਗੁਰੀਲਾ ਯੁੱਧ ਬਾਰੇ ਸਿਖਲਾਈ ਦਿੱਤੀ ਜਾ ਕਰਦੀ ਹੈ ਫੌਜ ਦੇ ਇੱਕ प्रवक्ता ਨੇ ਆਖਿਆ ਜੇ ਇਹ ਆਪਣੇ ਚਾਲੀ ਦਾ ਪਹਿਲਾ ਵੱਡਾ ਸਿਖਲਾਈ ਸਰਸਤਾ ਹੈ ਜਿਹਦੇ ਚ ਫੌਜ ਜੰਮੂ ਕਸ਼ਮੀਰ ਪੁਲਿਸ ਦੇ ਅਧਿਕਾਰੀਆਂ ਨੂੰ ਸਿਖਲਾਈ ਦਿਆ ਕਰਦੀ ਹੈ ਲੈਫਟਨੈਂਟ ਜਨਰਲ ਸਚਦੇਵਾ ਰਹੇ ਸਿਖਲਾਈ ਤੇ ਅਭਿਆਸ ਦੀ ਦਿਖਨੇ ਮਗਰਾ ਸਖੇਤਰੂਏ ਤੇ ਉੰਦੀ ਸਿਖਲਾਈ ਦੇਣੇ ਆਲੇ ਦੀ ਸਰਾਹਨਾ ਕੀਤੀ ਇੱਕ ਮਹਿਲਾ ਸਖੇਤਰੂ ਨੇ ਆਕਾਸ਼ਵਾਨੀ ਕਰਨ ਗਲਬਾਤ ਕਰਦੇ ਹੋਏ ਆਖਿਆ ਜੇ कॉन्फिडेंट सर 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 एक 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 नेचर में 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 चेंज आता है सर, एक, अपने में, एक, अपने बिहेवियर मेंटालिटी ये सब कुछ बहुत इन्फ्लुएंस किया है सर बहुत कुछ सीखा है यहां पे, आगे सारा अच्छा यहाँ पे कर सकते हनुमान जयंती के पवित्र अब पुंछ कस्बे मुकामी समुदाय माता धार्मिक उत्साह भावना दिखी गई समारोह शुरुआत पारंपरिक कीर्तन जुलूस ਕਬਕ ਵਰਗਿਆਂ ਦੇ ਲੋਕਾਂ ਵੱਡੀ ਗਿਣਤੀ ਚ ਹਿੱਸਾ ਲੈਂਤਾ ਸਥਾਨੀ ਬਾਗਜੀ ਮੰਦਿਰਾਂ ਚ ਤੇ ਔਰ ਦੂਏ ਸਮੁਦਾਇਕ ਕੇਂਦਰਾਂ ਚ ਲੋਕਾਂ ਬਦੀ ਚੜੀਏ ਪ੍ਰਾਰਥਨਾ ਤੇ ਅਨੁਮਾਨ ਚਾਲਸੇ ਦਾ ਪਾਠ ਕੀਤਾ ਪ੍ਰਸਿੱਧ ਧਾਰਮਿਕ ਗੁਰੂਆਂ ਤੇ ਵਿਦਵਾਨਾਂ ਮਾਨਵਤਾ ਕੀ ਅਨੁਮਾਨ ਜੀ ਦੀ ਸਿੱਖਿਆ ਕਨਾਂ ਜੋੜਨੇ ਆਲੇ ਪ੍ਰਵਚਨ ਦਿੱਤੇ ਬਾਗਜੀ ਮੰਦਿਰ ਦੇ ਪ੍ਰਧਾਨ ਅਮਰਨਾਥ ਸ਼ਰਮਾ ਰ ਇਸ ਮੌਕੇ ਉਪਰ ਆਖਿਆ ਅੱਜ ਇਸਤਾਨ 'ਤੇ ਹਮ ਖੜੇ ਹੈ ये शिव हनुमान मंदिर बाकी जी ये प्राचीन मंदिर है यहाँ पे और इस मंदिर में हर वर्ष की तरह इस वर्ष भी हनुमान जयंती का त्यौहार बड़े हर्षोल्लास के साथ मनाया जाता है जो कि फर्स्ट नवरात्रि से श्री रामायण के अखंड पाठों की लड़ी जो कंटिन्यू चल रही थी आज का हनुमान जयंती के दिन इसका भोग पड़ा और उसके बाद हाल हवन का भी आयोजन किया जिसमें पंद्रह जोड़े कंटिन्यू बैठे प्रधानमंत्री नरेंद्र मोदी उच्च शिक्षा ऊपर ਕਵਾਕ ਪੇਰੀਲੀ ਸਾਈਮੰਟਸ QST ਵਿਸ਼ਵ ਰੈਂਕਿੰਗ ਚ ਭਾਰਤ ਦੇ ਪ੍ਰਦਰਸ਼ਨ ਕੀ ਉਤਸਾਹ ਵਧਾਣ ਵਾਲਾ ਦੱਸਿਆ ਹੈ ਇੱਕ ਸੋਸ਼ਲ ਮੀਡੀਆ ਪੋਸਟ ਉਪਰ ਮੋਦੀ ਉਰਖਿਆ ਜੀ ਪਵਿੱਖ ਚ ਮਿਆਰੀ ਸਿੱਖਿਆ ਉਪਰ ਧਿਆਨ ਦਿੱਤੇ ਜਾਣੇ ਕੰਨੇ ਭਾਰਤ ਦੀ ਯੁਵਾ ਸ਼ਕਤੀ ਕੀ ਫਾਇਦਾ ਹੋਗ ਉਹਨੇ ਅਗਿਆਖਿਆ ਜੇ ਸਰਕਾਰ ਵੱਡੇ ਪੱਧਰ ਉਪਰ ਅਨੁਸੰਧਾਨ ਅਧਿਅਨ ਤੇ ਨਵਾਂਚਾਰ ਉਪਰ ਧਿਆਨ ਦਿਆ ਕਰਦੀ ਹੈ IPL ਕ੍ਰਿਕਟ ਚ ਅੱਜ ਸਨਿਆ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਕਰਨੇ ਹੋਗ ਇਹ ਮੈਚ ਸਨਿਆ 7:30 ਵਜੇ ਸ਼ੁਰੂ ਹੋਗ ਅੰਕ ਤਾਲਿਕਾ ਚ ਇਹ ਲੈ ਚੇਨਈ ਸੁਪਰ ਕਿੰਗਸ ਚੌਥੇ ਤੇ ਲਖਨਊ ਸੁਪਰ ਜਾਇੰਟਸ ਪੰਜਵੇਂ ਨੰਬਰ ਉੱਪਰ ਹੈ ਕੱਲ ਜੈਪੁਰ ਚ ਖੇਡੇਗੇ ਦੇ ਮੁਕਾਬਲੇ ਚ ਰਾਜਸਥਾਨ ਰਾਇਲਜ਼ ਨੇ ਮੁੰਬਈ ਇੰਡੀਅਨ ਕੀ ਨਵੇਂ ਵਿਕਤੇ ਕਰਨੇ ਰਾਇ ਦਿੱਤਾ ਹ ਕੀਚ ਖਾਸ ਖਾਸ ਖਬਰਾਂ ਇੱਕ ਪਰਿਪਰਤੀ ਹੈ ਲੋਕ ਸਭਾ ਦੇ ਆਉਂਦੇ ਚੋਣਾਂ ਲਈ ਰਿਆਸੀ ਚ ਜ਼ੋਰ ਨਾਲ ਤੇ ਸੈਕਟੋਰਲ ਮੈਜਿਸਟ੍ਰੇਟ ਆਸਤਾ ਇੱਕ ਦਿਨਾਂ ਦਾ ਚੋਣਾਂ ਲਈ ਪ੍ਰੋਗਰਾਮ ਦਰਸ ਦਿੱਤਾ ਗਿਆ ਵੋਟਰਾਂ ਤਾਂਗੀ ਜਾਗਰੂਕ ਕਰਨ ਲਈ ਜਮੂ ਤੇ ਦਿਵਿਆਂਗੇ ਇੱਕ ਰੈਲੀ ਕਢੀ ਸਰਕਾਰ ਨੇ ਸਭ ਨੇ ਅਧਿਕਾਰੀਆਂ ਤੇ ਸਰਕਾਰੀ ਕੰਮ ਲਈ ਡਿਜੀਟਲ ਦਸਤਖਤ ਸਰਟੀਫਿਕੇਟ ਸ੍ਰਿਸ਼ਤੇ ਦੀ ਵਰਤੋਂ ਨੂੰ ਲਾਜ਼ਮੀ ਕਰ ਦਿੱਤਾ ਹੈ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਓਰੇਆ ਖਿਆਜੇ ਆਸੀਆਨ ਮੁਲਕਾਂ ਦੀ ਮਜ਼ਬੂਤ ਤੇ ਇੱਕੀਕ੍ਰਿਤ ਐਸੋਸੀਏਸ਼ਨ ਹਿੰਦੂ ਪਰਸ਼ਾਂਤ ਖੇਤਰ ਦੀ ਇਲਾਕਾਈ ਬਨਾਵਟ 'ਚ ਰਚਨਾਤਮਕ ਭੂਮਿਕਾ ਨਿਭਾਈ ਸਕਦੀ ਹੈ ਤੇ ਰਾਜੋਰੀ ਜ਼ਿਲ੍ਹੇ 'ਚ ਆਤੰਕਵਾਦੀਆਂ ਸਿਆ ਗੋਲੀਆਂ ਚਲਾਈ ਦੇ ਨੇ ਕੰਨਾ ਇੱਕ ਫੌਜੀ ਦੇ ਭਰਾ ਦੀ ਮੌਤ ਹੋ ਗਈ ਇਹਦੇ ਕੰਨਾ ਗਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ